ਲੇਟ 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 ਮਿੱਤਰੋ, ਬਹੁਤ ਹੀ ਲੇਟ ਮਿੱਤਰੋ, ਆਪਾਂ ਬਹੁਤ ਲੇਟ ਹੋ ਗਏ ਕਣਕ ਵੱਢਣ ਦੇ ਵਿੱਚ। ਅਤੇ ਮਿੱਤਰੋ ਦੇਖ ਲਓ, ਲੋਕਾਂ ਨੇ ਸਾਰਿਆਂ ਨੇ ਵੱਢਤੀਆਂ। ਅਤੇ ਮਿੱਤਰੋ ਹੁਣ ਦੇਖੋ, ਆਪਣੇ ਦੋ ਵਿਸ਼ਾਲਾਂ ਚੱਲ ਰਹੇ ਨੇ, ਇੱਕ ਆਹ ਖੜੀ ਆ, ਇੱਕ ਹੋ ਖੜੀ ਆ, ਅਤੇ ਆਪਾਂ ਹੀ ਵੱਢਦੇ ਹਾਂ ਕਣਕ। ਅਤੇ ਮੈਂ ਰੀਅਲ ਲਾਈਫ ਦੇ ਵਿੱਚ ਵੱਢ ਰਿਹਾ ਸੀ ਕਣਕ, ਤਾਂ ਕਰਕੇ ਲੇਟ ਹੋ ਗਏ ਗੇਮ ਦੇ ਵਿੱਚ। ਅਤੇ ਅੱਜ ਵੱਢਦੇ ਹਾਂ ਗੇਮ ਦੇ ਵਿੱਚ ਕਣਕ, ਅਤੇ ਕਣਕ ਨੂੰ ਵੱਢ ਕੇ ਨਾਲ ਤਾਂ ਢੋਲਾਂ 'ਚ ਪਾਵਾਂਗੇ, ਨਾਲੇ ਸਾਂਭ ਕੇ ਆਉਣੇ ਮੰਡੀ ਮੁੰਡੀ 'ਚ। ਅਤੇ ਚੱਲਦੇ ਹਾਂ, ਕੰਬਾਈਨ ਭਰੀ ਖੜੀ ਇੱਕ। ਓਏ ਓਏ ਓਏ, ਇਹ ਆਪਣਾ ਨਵਾਂ ਟਰੈਕਟਰ। ਓਏ ਓਏ ਓਏ, ਬੜਾ ਖੜਾ ਹੁੰਦਾ ਬਾਈ, ਇਹ ਵੀ ਸਟੰਟਾਂ ਵਾਲੀ ਆ, ਹੈਪੀ ਮਾਲੇ ਦਾ ਟਰੈਕਟਰ ਆ ਮਿੱਤਰੋ, ਖੜਾ ਹੁੰਦਾ। ਉਹ ਦੇਖੋ ਵੱਡੀ, ਦੇਖੋ ਇਹਦੇ ਕਿਹੜੇ ਹਿਸਾਬ ਨਾਲ ਆ। ਅਤੇ ਆਪਾਂ ਲਾਏ ਹੋਈ ਤੀ ਬਈਏ ਕੰਬਾਈਨ ਨੂੰ, ਇੱਥੇ ਲਿਆਉਂਦੇ ਹਾਂ, ਆਪਾਂ ਨੂੰ ਆਪ ਹੀ ਵੱਢਣੀ ਪਊਗੀ। ਮੈਂ ਲੱਗਦਾ ਆਪਾਂ ਟਰਾਲੀ ਗਲਤ ਪਾ ਲਿਆ ਏ। ਚਲੋ ਕੋਈ ਨਾ, ਇਹੀ ਇਹੀ ਚੱਲਣ ਦੋ। ਅਤੇ ਕੰਬਾਈਨ ਨੂੰ ਲਿਆਉਣਾ ਹੁਣ ਇੱਥੇ, ਉਹ ਖੜੀ ਆ, ਮੈਨੂੰ ਲੱਗਦਾ ਭਰ ਗਈ, ਪਤਾ ਨਹੀਂ ਤਾਂ ਕੀ ਚੱਕਰ ਪੈ ਗਿਆ। ਇਹ ਆ ਭਰੀ ਖੜੀ ਆ ਬਾਈ, ਡਿੱਗੀ ਤਾਂ ਦੇਖ ਲਈ 100%। ਵੱਢਣ ਦੇਖੋ ਮਿੱਤਰੋ ਕਿਹੜੇ ਸਹਿ ਨਾਲ ਲੱਗਿਆ ਸੀ, ਗਲਤ ਲੱਗ ਗਿਆ ਮੈਨੂੰ ਲੱਗਦਾ ਵੱਢਣ ਵੀ ਇਹ ਬਾਈ। ਜਾਂ ਤਾਂ ਨਵਾਂ ਡਰਾਈਵਰ ਰੱਖਿਆ ਗਾ, ਇਹ ਗਏ ਤੀ ਅਸੀਂ MP, ਮੈਨੂੰ ਲੱਗਦਾ ਡਰਾਈਵਰਾਂ ਦੀ ਮੱਤ ਵੱਜ ਗਈ ਮਿੱਤਰੋ, ਉੱਥੇ ਬਹੁਤ ਜ਼ਿਆਦਾ ਸੀਗਾ ਵੱਢਿਆ, 700-800 ਕਿੱਲਾ ਉੱਥੇ। ਹੁਣ MP ਤੋਂ ਆਈਆਂ ਸੀ ਕੰਬਾਈਨਾਂ, ਹੁਣ ਆਪਾਂ ਨੇ ਚਲਾਤੀਆਂ ਆਪਣੇ ਪਿੰਡ ਇੱਥੇ। ਚੱਲ ਅੱਗੇ 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 ਚੱਲ, ਭਰਦੇ ਟਰਾਲੀ ਮਿੱਤਰਾ, ਅਤੇ ਵੱਢਦੇ ਸਾਰੀ, ਮੈਨੂੰ ਲੱਗਦਾ ਆਪਾਂ ਆਪ ਹੀ ਵੱਢ ਦਿਆਂਗੇ, ਡਰਾਈਵਰ ਨੂੰ ਰੈਸਟ ਚਾਹੀਦੀ ਆ। ਕੀ ਹੋ ਗਿਆ, ਕਿਉਂ ਨਹੀਂ ਪਾ ਰਿਹਾ ਬਾਈ? ਆਹ ਦੇਖੋ ਡਰਾਈਵਰ ਵੀ ਪੱਕਾ ਇੱਥੋਂ ਦੀ ਤਾਰ ਦੀ, ਪਰ ਇੱਥੋਂ ਦੀ ਨਹੀਂ ਤਾਰਨਾ, ਆਪਾਂ ਨੇ ਰੀਅਲ ਗੇਮ ਪਲੇ ਖੇਡਣਾ। ਆਪਾਂ ਤਾਰਾਂਗੇ ਆਪਣੇ ਪਹੀ ਵਿੱਚ ਦੀ, ਹੌਲੀ ਹੌਲੀ ਚੱਲਾਂਗੇ ਅਤੇ ਲਾਈਏ ਕੰਬਾਈਨ ਦੇ ਮੂਹਰੇ। ਅਤੇ ਉੱਥੇ ਤਾਂ ਉਹ ਖੜਾ ਬਾਈ, ਮੂਹਰੇ ਕੰਬਾਈਨ ਨੂੰ ਆਪਾਂ ਮੂਹਰੇ ਲਿਆਉਂਦੇ ਹਾਂ। ਓਏ ਓਏ, ਬਸ ਇੰਨੀਆਂ ਛਾਲਾਂ ਨਹੀਂ ਚੱਕਦੇ ਹੁੰਦੇ ਮਿੱਤਰਾ। ਅਤੇ ਮਿੱਤਰੋ ਵਿਸ਼ਾਲ ਪੂਰੀ ਭਰੀ ਖੜੀ ਆ ਆਪਣੀ, ਅਤੇ ਦੇਖਦੇ ਹਾਂ ਟਰਾਲੀ 'ਚ ਪਾਉਂਦੀ ਆ ਕਿ ਨਾ, ਜਾਂ ਤਾਂ ਫਿਰ ਟੈਂਕੀ 'ਚ ਕੋਈ ਪ੍ਰੋਬਲਮ ਆ ਗਈ। ਪਾਉਂਦੀ ਆ ਟਰਾਲੀ 'ਚ ਦਿੱਕਤ ਆ, ਉਹ ਟਰਾਲੀ ਆਪਣੀ ਦਾ ਮਿੱਤਰੋ, ਟਰਾਲੀ 'ਚ ਦਿੱਕਤ ਸੀਗੀ ਕੋਈ, ਤਾਂ ਕਰਕੇ ਆ ਦੇਖੋ ਇੱਥੇ ਤਾਂ ਕਰਤੀ ਟੈਂਕੀ ਖਾਲੀ ਕੰਬਾਈਨ ਨੇ। ਅਤੇ ਆ ਦੇਖੋ ਕਿਵੇਂ ਛੱਡ ਕੇ ਗਿਆ ਮਿੱਤਰ ਇਹ ਆਪਣਾ ਆਲੇ ਦੁਆਲੇ, ਹੁਣੇ ਆਪਾਂ ਨੂੰ ਵੱਢਣੀ ਪਊਗੀ ਅਤੇ ਮਈ ਚਲਾਉਣਾ ਮਿੱਤਰੋ। ਇਹਦੇ ਵਿੱਚ ਗੁੱਲੀ ਡੰਡਾ ਹੋ ਰਿਹਾ ਗਾ ਆਪਣੀ ਕਣਕ ਦੇ ਵਿੱਚ, ਉਹ ਦੇਖੋ, ਅਤੇ ਟਰੈਕਟਰ ਦੋਨੇ ਆ ਰਹੇ ਆ, ਅਤੇ ਆਪਾਂ ਵੱਢਦੇ ਹਾਂ 5-10 ਮਿੰਟ। ਉਹ ਕਿੰਨੀ ਕਰੇਗੀ, ਲਓ ਪੈਰ ਨੂੰ ਭਰ ਲਈ ਸਿੱਧੀ, ਉੱਧਰੋਂ ਸਪੀਡ ਹੀ ਵਾਲੀ ਆ ਕਮੈਨ ਦੀ ਆਪਣੀ ਜੀ। ਅਤੇ ਉਹ ਵਿਸ਼ਾਲ ਵੀ ਖੜੀ ਹੈਗੀ, ਉਹਦਾ ਮੈਨੂੰ ਲੱਗਦਾ ਜਾਂ ਤਾਂ ਟੈਂਕੀ ਭਰ ਰਹੀ ਆ ਉਹਦੀ, ਜਾਂ ਕੋਈ ਹੋਰ ਦਿੱਕਤ ਆ ਉਹ 'ਚ। ਓਏ ਓਏ ਓਏ, ਮੈਨੂੰ ਲੱਗਦਾ ਇਸ ਨਾਲ ਮੈਂ ਕੱਟਰ ਤੋੜੂੰਗਾ, ਜਿਹੜੇ ਸਾਨੂੰ ਮੈਂ ਚਲਾ ਰਿਹਾ ਕੰਬਾਈਨ ਨੂੰ। ਅਤੇ ਮਿੱਤਰੋ ਥੋੜ੍ਹੀ ਥੋੜ੍ਹੀ ਮੈਂ ਛੱਡਦਾ ਹੁੰਦਾ ਗਾ, ਮੈਂ ਤੁਸੀਂ ਪਿਛਲੀ ਵੀਡੀਓ 'ਚ ਵੀ ਦੇਖਿਆ ਸੀਗਾ, ਜਦੋਂ ਆਪਾਂ ਪਿਛਲੀ ਵਾਰ ਫਾਰਮਿੰਗ ਕੀਤੀ ਸੀਗੀ, ਹਾਰਵੈਸਟ ਕੀਤਾ ਸੀਗਾ, ਉਦੋਂ ਵੀ ਮੈਂ ਛੱਡੀ ਦੀ। ਛੱਡਦਾ ਪਤਾ ਕਿਉਂ ਹੁੰਦਾ ਮੈਂ, ਜਦੋਂ ਆਪਾਂ ਰੀਅਲ ਲਾਈਫ 'ਚ ਵੀ ਛੱਡਦੇ ਹੁੰਦੇ ਹਾਂ, ਪੰਛੀ ਪੁੰਛੀ ਖਾ ਲੈਂਦੇ ਥੋੜ੍ਹੀ ਮੋਟੀ ਦਾਣੇ, ਪੰਛੀਆਂ ਨੂੰ ਵੀ ਛੱਡਦੇ ਆਪਾਂ ਥੋੜ੍ਹਾ ਮੋਟਾ ਹਿੱਸਾ, ਤਾਂ ਕਰਕੇ। ਨੈਟ
ਹੋ ਜੇ, ਅਤੇ ਟਰੈਕਟਰ ਦੇਖਿਓ ਫਿਰ ਕਿੰਨਾ ਖੜਾ ਹੋਊਗਾ ਆਪਣਾ। ਓਏ ਉਹ ਖਰਾਬ ਨਾ ਕਰ ਬਾਈ। ਲਓ ਵੀ ਲਓ ਵੀ ਲਓ ਵੀ ਥੰਬਨੇਲ ਮਿੱਤਰੋ, ਚਲਦੀ ਚਲਦੀ ਵੀਡੀਓ ਲਾਈਕ ਕਰ ਦਿਓ, ਥੋੜ੍ਹਾ ਟਾਈਮ ਲਾਉਂਦੀ ਆ, ਟੈਂਕੀ ਛੋਟੀ ਆ ਆਪਣੀ ਵਿਸ਼ਾਲ ਦੀ, ਅਤੇ ਸਮਾਨ ਥੋੜ੍ਹਾ ਘੱਟ ਡਿੱਗ ਰਿਹਾ ਆਪਣਾ, ਸਿਉਨਾ ਸੋਨਾ ਆਹ ਦੇਖੋ ਜਾਮ, ਅਤੇ ਟਰਾਲੀ ਤਾਂ ਮਤਲਬ ਭਰ ਗਈ, ਮੈਨੂੰ ਲੱਗਦਾ ਭਰ ਜੂਗੀ ਇਹ 1 ਕਿੱਲਾ, ਤੁਹਾਨੂੰ ਮੈਂ ਦਿਖਾਉਣਾ 1 ਕਿੱਲਾ 1 ਕਿੱਲਾ ਹੋ ਭਰਾਂ, ਉਹ 1/2 ਕਿੱਲਾ ਸੱਚੋ ਤਾਂ, 1 ਕਿੱਲੇ ਨੇ ਤਾਂ ਉਹ 1/2 ਕਿੱਲਾ ਗਾ। ਲਓ ਪਹਿਲਾਂ ਤਾਂ 55 ਨੂੰ ਦੇਖਦੇ ਹਾਂ, ਸੀਟੀ ਤਾਂ ਨਹੀਂ ਮਾਰਦਾ, ਖੜਾ ਤਾਂ ਨਹੀਂ ਹੁੰਦਾ। ਇਹ 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 ਹੁੰਦਾ ਬਾਈ, ਹੁੰਦਾ ਖੜਾ ਤਾਂ, ਕੋਈ ਗੱਲ ਨਹੀਂ ਫੇਰ ਹੀ ਦੇਖਦੇ ਹਾਂ, ਪਹਿਲਾਂ ਵੱਢ ਲਈਏ ਮਿੱਤਰੋ, ਜ਼ਿਆਦਾ ਲੇਟ ਹੋ ਜਾਵਾਂਗੇ ਫਿਰ। ਅਗਲੀ ਵਾਰ ਤੁਹਾਡੀ ਡਿਮਾਂਡ 'ਤੇ ਵਿਸ਼ਾਲ ਅਤੇ ਕੈਬਨ ਹੋਊਗਾ, ਇਸ ਵਾਰ ਕੈਬਨ ਨਹੀਂ ਹੈਗਾ, ਅਗਲੀ ਵਾਰ ਕੈਬਨ ਲਵਾ ਦੇਣਾ ਆਪਣੇ ਵਿਸ਼ਾਲ ਅਤੇ ਆਪਣੀ 'ਤੇ। ਓਏ 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 ਮਿੱਤਰੋ, ਇੰਨੀ ਵੀ ਨਹੀਂ ਛੱਡਣੀ ਕਿ ਬਾਹਲੀ ਵੇਸਟ ਹੋਈ ਜਾਵੇ, ਤਾਂ ਕਰਕੇ ਲਓ ਬਈ ਹੁਣ ਇੱਥੋਂ ਵੜਦੀ ਹੈ, ਅਤੇ ਵਾਹਣ ਤੁਸੀਂ ਜਮ੍ਹਾਂ ਸਾਫ਼ ਮਿਲਿਆ ਆਪਾਂ ਨੂੰ, ਇੱਕ ਵੀ ਰੋੜਾ ਵੱਟਾ ਕੁਛ ਨਹੀਂ ਹੈਗਾ, ਜਮ੍ਹਾਂ ਸਾਫ਼ ਚੱਲ ਰਿਹਾ ਹੈਗਾ। ਤੁਸੀਂ ਕਹੋਗੇ ਜਿਵੇਂ ਉਹ ਵੱਢਣ ਲੱਗ ਗਿਆ ਅਤੇ ਉਸ ਹਿਸਾਬ ਨਾਲ ਚੱਲਣਾ ਪੈਂਦਾ, ਤਾਂ ਕਰਕੇ ਚੱਲੇ ਹਾਂ ਕਿਉਂਕਿ ਉਹਨੇ ਗਲਤ ਵੜਤੀ ਥੋੜ੍ਹੀ ਜਿਹੀ, ਥੁੱਕਿਆ ਥੁੱਕਿਆ ਹੋਊਗਾ ਆਪਣਾ ਮਿੱਤਰ। ਪਾਵਰ ਆ ਵਿਸ਼ਾਲ, ਉੱਥੇ ਮੁੜਦੀ ਆ, ਅਤੇ ਮਿੱਤਰੋ 17% ਹੋਊਗੀ ਇੱਥੋਂ ਤਾਂ, ਮੈਨੂੰ ਲੱਗਦਾ ਹੋ ਜੂ ਫੁੱਲ, ਅਤੇ ਗੇਅਰ ਬਦਲਾ ਦਈਏ। ਲਓ ਵੀ ਮਿੱਤਰੋ 2 ਕਿੱਲੇ ਉਹ ਵੱਢਤੇ, ਅਤੇ 1/2 ਕਿੱਲਾ ਹੀ ਵੱਢਤਾ, 1 ਤਾਂ ਰਹਿ ਗਈ ਬਸ ਇਹ ਵੱਢ ਕੇ, ਅਤੇ ਆਹ ਕੰਬਾਈਨ ਹੁੰਦਾ ਤਾਂ ਇਹ ਫੁੱਲ ਹੋ ਰਹੀ ਆ, ਉਹ ਵੀ ਕੰਬਾਈਨ ਕੱਟਰ ਜੀ ਕੱਟਰ ਵੱਜਿਆ ਮਿੱਤਰੋ, ਕੰਬਾਈਨਾਂ ਦੋਨੇ ਫੁੱਲ ਹੋ ਰਹੀਆਂ ਨੇ, ਇਹ ਤਾਂ ਹਜੇ ਮਿੱਤਰੋ 60% ਤਾਂ ਉਹ ਫੁੱਲ ਹੋ ਰਹੀ ਆ, ਅਤੇ ਚਲੋ ਆਪਣਾ 850 ਬਹੁਤ ਹੈਗਾ, ਪਰ ਚਲੋ ਲਓ ਵੀ 850 ਭਰਦੀ ਮਿੱਤਰੋ ਹੁਣ, ਅਤੇ ਚੱਲਦੇ 850 ਨੂੰ ਘਰੇ ਲੈ ਕੇ, ਜਿੰਨੀ ਕੁ ਆਪਣੇ ਲਾਉਣੀ ਹੋਈ ਘਰੇ ਲਾ ਲਾਂਗੇ, ਅਤੇ ਜਿੰਨੀ ਕੁ ਆਪਣੇ ਵੇਚਣੀ ਹੋਈ ਨੀ ਕੁ ਆਪਾਂ ਵੇਚ ਜਾਵਾਂਗੇ। ਵਿਸ਼ਾਲ ਆਪਣੀ ਸਲੋਹ ਤੁਰਨ ਲੱਗ ਗਈ ਪਤਾ ਨਹੀਂ ਕਿਉਂ, ਅਤੇ ਟਰਾਲੀ ਮਿੱਤਰੋ ਫੁੱਲ ਹੋਣ ਵਾਲੀ ਆ, ਅਤੇ ਘਰੇ ਤਾਂ ਆਪਾਂ ਰੱਖਾਂਗੇ 10 ਕਮਾਣਾ ਇਸ ਵਾਰ। ਵਾਹ ਵੀ ਵਾਹ, ਸਵਾਦ ਆ ਗਿਆ ਮਿੱਤਰੋ, ਅਤੇ ਇਹ ਟੈਂਕੀ ਘੱਟ ਸੀਗੀ, ਇਹਦਾ ਜਲਦੀ ਹੋਜੂਗੀ, ਅਤੇ ਮੈਨੂੰ ਟਰੈਕਟਰ ਦੀ ਟੈਂਕੀ ਲੱਗਦਾ, ਮੈਨੂੰ ਲੱਗਦਾ ਭਰੂਗੀ, ਨਹੀਂ ਟਰਾਲੀ 'ਚ ਪਊਗੀ ਹਜੇ ਬਹੁਤ ਪਊਗੀ। ਅਤੇ ਇੱਕ ਗੱਲ ਹੋਰ ਮਿੱਤਰੋ, ਜਿਹੜੇ ਹਿਸਾਬ ਨਾਲ ਲੱਗ ਰਿਹਾ ਹੈਗਾ ਆਪਣੀ ਟਰਾਲੀ ਭਰ ਰਹੀ ਆ, ਮਤਲਬ ਆਪਾਂ ਨੂੰ ਐਤਕੀ 65 ਮਣ ਪੈ ਰਹੀ ਆ ਕਿੱਲੇ ਦੇ ਵਿੱਚੋਂ, ਤਾਂ ਕਰਕੇ ਐਤਕੀ ਕਣਕ ਕੁਣਕਾਂ ਵਧੀਆ ਸੀਗੀਆਂ, ਨਾ ਕੋਈ ਝੜ ਝੁੜ ਆਇਆ ਹੈਗਾ, ਕਣਕਾਂ ਐਤਕੀ ਵਧੀਆ ਸੀਗੀਆਂ, ਤਾਂ ਦੇਖੋ 2 ਕੰਬਾਈਨਾਂ ਚੱਲ ਰਹੀਆਂ ਨੇ। ਲਓ ਵੀ ਭਰ ਲਈਏ ਟਰਾਲੀ ਆਪਣੀ, ਇਹਦੇ ਨਾਲ ਵੀ 65-65-70 ਦੇ ਲਵੇ ਜਾਊ ਐਤਕੀ, ਓਏ ਓਏ ਦੇਖਿਓ ਕਿਤੇ, ਬਸ 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 ਬਸ। ਅਤੇ ਮਿੱਤਰੋ ਥੋੜ੍ਹੀ ਜਿਹੀ ਮਾਫੀ ਚਾਹੁੰਦਾ, ਮੈਕ ਮਾੜਾ ਜਿਹਾ ਉੱਪਰ ਵੱਗ ਗਿਆ ਸੀ, ਮੇਰਾ ਆਵਾਜ਼ ਘੱਟ ਆਈ ਹੋਣੀ ਮੈਨੂੰ ਪਤਾ ਲੱਗ ਗਿਆ, ਅਤੇ ਇਸ ਵਾਰ ਆੜਤੀ ਨਾਲ ਵੀ ਹਿਸਾਬ ਕਰ ਦੇਣਾ, ਤੁਹਾਨੂੰ ਦੱਸਿਆ ਸੀਗਾ ਪਿਛਲੀ ਵੀਡੀਓ 'ਚ ਆਪਾਂ ਸਾਈਕਲਾਂ ਲਿਆਏ ਸੀਗੇ, ਉਹ 6 ਮਹੀਨਿਆਂ ਬਾਅਦ ਹਿਸਾਬ ਕਰਦੇ ਹੁੰਦੇ ਹਾਂ, ਅਤੇ ਹੁਣ ਆਪਣੀ ਕਣਕ ਆ ਗਈ,
ਅਤੇ ਹੁਣ ਆਪਾਂ ਆੜ੍ਹਤੀ ਦਾ ਹਿਸਾਬ ਕਰਕੇ ਆਉਣਾ। ਕਰਜ਼ਾ ਕੁਰਜ਼ਾ ਤਾਂ ਹੈ ਨਹੀਂ ਦੀ ਕੋਈ, ਆਪਾਂ ਤਾਂ ਲੈ ਕੇ ਆਉਣੇ ਇਸ ਵਾਰ ਪੈਸੇ, ਅਤੇ 825 ਦੇਖਦੇ ਹਾਂ ਟਰਾਲੀ ਆਪਣੀ ਫੁੱਲ ਹੋਊਗੀ ਅਤੇ ਵਿਸ਼ਾਲ ਦੀ ਇੱਕ ਟੈਂਕੀ ਰਹੇਗੀ। ਲੈ ਓਏ 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 ਓਏ, ਮੈਂ ਲੱਗਦਾ ਇਹਨੇ ਖਿੱਚਣੀ ਨਹੀਂ ਇੱਥੋਂ ਬਾਈ, ਲੈ ਜੂਗਾ ਅਸਲ ਮੈਂ ਤਾਂ ਲੈ ਜੂਗਾ। ਵਾਹ ਵੀ ਵਾਹ, ਮਿੱਤਰੋ ਖੜ੍ਹਾ ਤਾਂ ਹੁੰਦਾ ਪਰ ਲੈ ਕੇ ਤਾਂ ਜਾਊਗਾ ਉਹ ਉੱਥੇ ਤੱਕ। ਵਾਹ ਵਾਹ, ਥੋੜ੍ਹੇ ਚੱਕਰ ਬਣ ਜਾਂਦੇ ਫਿਰ ਟਾਇਰ ਥੱਲੇ ਡਿੱਗੂਗਾ, ਉਹਨਾਂ ਟਾਇਰ ਥੱਲੇ ਟਾਇਰ ਨਹੀਂ ਡਿੱਗਦਾ ਨਹੀਂ ਆਪਣਾ, ਤੁਹਾਨੂੰ ਪਤਾ ਹੀ ਹੈ ਨਿਸ਼ੂ ਵਾਲਾ ਉਹ ਖੜ੍ਹਾ ਝੋਟਾ, ਉਹ ਲੈ ਆਵਾਂਗੇ ਜੀ ਨਹੀਂ ਖਿੱਚਦਾ, ਅਤੇ ਗੇਅਰ ਵੱਡਾ ਲਾ ਦਈਏ। ਜਾਊਗਾ ਜਾਊਗਾ ਮਿੱਤਰੋ, ਪਰ ਜਾਊਗਾ ਇੱਕ ਦੋ ਟਾਇਰਾਂ 'ਤੇ ਮੈਨੂੰ ਤਾਂ ਲੱਗਦਾ ਜਿੱਥੇ ਤੱਕ ਸ਼ੱਕ ਆ। ਆਹ ਦੇਖ ਲਓ ਟਾਇਰ ਤਾਂ ਥੱਲੇ ਲਾਉਂਦਾ ਨਹੀਂ, ਉੱਤੇ ਟਾਵਰ ਦੀਨ ਲੱਗ ਰਿਹਾ ਸਾਰਾ ਕੁਛ, ਸਵਰਾਜ ਤਾਂ ਵੀ ਨਹੀਂ ਦੱਬਦੇ ਹੁੰਦੇ। ਅਤੇ ਮਿੱਤਰੋ ਲੋਕਾਂ ਨੇ ਤਾਂ ਇਹੀ ਕਹਿਣਾ ਗਾ ਸਵਰਾਜ ਆ ਰਿਹਾ ਕਿ ਜਹਾਜ਼ ਆ ਰਿਹਾ, ਹਵਾ 'ਚ ਉੱਡਿਆ ਰਿਹਾ, ਪਰ ਆ ਰਿਹਾ, ਇਹ ਨਹੀਂ ਹੈਗਾ ਵੀ ਖੜ ਗਿਆ ਉੱਥੇ, ਆ ਰਿਹਾ। ਅਤੇ ਗੇਅਰ ਮਿੱਤਰੋ ਪਹਿਲਾਂ ਲਾ ਲਈਏ, ਓਏ 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 ਓਏ, ਟਰਾਲੀ 'ਚ ਵੱਜਣਾ ਤਾਂ ਕਰਕੇ ਨਹੀਂ ਮਿੱਤਰੋ ਤੁਰਦਾ, ਅਤੇ ਖੜ ਗਿਆ ਮਿੱਤਰੋ ਗੇਅਰ ਛੋਟਾ। ਅਤੇ ਹਾਂ ਜੀ ਮਿੱਤਰੋ ਮਾਫੀ ਚਾਹੁੰਦਾ ਥੋੜ੍ਹੀ ਜਿਹੀ, ਅਤੇ ਦਿੱਕਤ ਆ ਗਈ ਸੀ ਜਿਹੜੀ ਹੋਰ ਟਰਾਲੀ ਆ ਉਹ ਗਲਿੱਚ ਹੋਣ ਲੱਗ ਗਈ, ਅਤੇ ਉਹਦੇ ਵਿੱਚ ਫਿੱਲ ਹੁੰਦਾ ਸੀ ਸਾਰਾ ਬਾਹਰ ਡੁੱਲ ਜਾਂਦਾ ਸੀਗਾ, ਅਤੇ ਜਿੰਨੀ ਕੁ ਆਪਣੇ ਡੁੱਲੀ ਸੀ ਉਹ ਇਹ ਟਰਾਲੀ 'ਚ ਪਾਤੀ, ਇਹ ਟਰਾਲੀ ਭਰ ਗਈ। ਇਹ ਡਬਲ ਟਾਇਰੀ ਆ, ਡਬਲ ਨਹੀਂ ਚਾਰ ਟਾਇਰ ਨੇ, ਅਤੇ ਵਿਸ਼ਾਲ ਦੀ ਜਿਹੜੀ ਆਪਣੀ ਰਹਿੰਦੀ ਸੀਗੀ ਟੈਂਕੀ 'ਚ ਉਹ ਵੀ ਭਰਤੀ, ਅਤੇ ਫੁੱਲ ਹੋ ਗਈ ਇਹ। ਅਤੇ ਮਿੱਤਰੋ ਇਹਨੂੰ ਟਰੈਕਟਰ ਨਾਲ ਕੱਢਦੇ ਹਾਂ, ਉਹ ਕਿਸੇ ਟਰੈਕਟਰ ਨੇ ਨਹੀਂ ਕੱਢੀ, ਉਹ ਗਲਿੱਚ ਹੋਣ ਲੱਗ ਗਈ। ਉਹ ਦੇਖ ਲਓ 4x4 ਲਿਆ ਕੇ ਖੜਾਇਆ ਮੈਂ, ਅਤੇ ਆਹ ਟਰੈਕਟਰ ਨਾਲ ਕੱਢਦੇ ਹਾਂ। ਚਲੋ ਬਈ ਪਹਿਲਾਂ ਹੀ ਲਾ ਲਈਏ, ਇਹਦੇ ਨਾਲ ਲਓ ਤੀਜਾ ਲਾ ਲਿਆ, ਖਿੱਚ ਲੂਗਾ ਤੀਜੇ 'ਚ, ਅਤੇ ਇਹਨੂੰ ਟੇਟ ਤੋਂ ਚੜ੍ਹਨਾ ਪਊਗਾ, ਇਹਦੇ ਚਾਰ ਟਾਇਰ ਆ ਟਰਾਲੀ ਦੇ। ਚੌਥਾ ਲਾ ਲਈਏ, ਚੌਥੇ 'ਚ ਵੀ ਲੈ ਜੂਗਾ, ਦੱਬਦਾ ਨਹੀਂ ਇਹ, ਹੁਣ ਨਹੀਂ ਦੱਬਦਾ ਮਿੱਤਰੋ, ਟਰਾਲੀ ਵੀ ਆਪਣੇ ਕੋਲ ਹੋਰ ਹੈ ਇਸ ਵਾਰ ਤਾਂ ਕਰਕੇ। ਅਤੇ ਆਹ ਦੇਖ ਲਓ ਮਿੱਤਰੋ ਚੌਥੇ ਮੀਡੀਅਮ ਦੇ ਵਿੱਚ ਵੀ ਕਿੰਨੀ ਸਪੀਡ 'ਤੇ ਭੱਜਿਆ ਜਾ ਰਿਹਾ ਟਰੈਕਟਰ, ਅਤੇ ਚਾੜ੍ਹਨਾ ਆਪਣੇ ਪਰ ਹੌਲੀ ਹੌਲੀ ਵੀ ਆ। ਲਓ ਜੀ ਚਾੜ੍ਹਨਾ, ਇੱਥੋਂ ਚੜ੍ਹ ਕੇ ਦੇਖ ਲੈਂਦਾ ਜੀ ਚੜ੍ਹਦਾ। ਚੌਥਾ ਤੀਜਾ ਲੋ ਲਾ ਲੈਂਦੇ ਹਾਂ, ਦਿੱਕਤ ਨਾ ਜੇ ਬਸ ਕੋਈ ਤਾਂ ਕਰਕੇ। ਇਹ ਕਈ ਵਾਰ ਟਰੈਕਟਰ ਚੱਕਿਆ ਜਾਂਦਾ ਇਹ ਟਰਾਲੀ ਨਾਲ। ਪਹਿਲੇ ਹੀ ਲਾ ਲਈਏ ਬਈ ਉਹਦੇ ਨਾਲ, ਆਹ ਦੇਖੋ ਚਾਲ 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 ਝੋਟਿਆ, ਚਾਲ 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 ਚਾਲ, ਮੈਨੂੰ ਲੱਗਦਾ ਤੀਜਾ ਹੀ ਲਾਉਣਾ ਪਊਗਾ ਬਈ, ਟਰੈਕਟਰ ਗਾਹਾਂ ਨੂੰ ਜਾਂਦਾ ਗਾ। ਹਾਈ 'ਚ ਤੁਰਦਾ ਨਹੀਂ, ਲੋਅ 'ਚ ਹੀ ਤੋਰਨਾ ਪਊਗਾ, ਅਤੇ ਮਾੜਾ ਜਿਹਾ ਭਜਾ ਕੇ ਲਿਆਈਏ। ਲਾਇਆ ਬਾਈ, ਹੁਣ ਦੇਖਦੇ ਹਾਂ ਲੰਘਦਾ ਕਿ ਨਾ ਬਈ। ਟਰਾਲੀ ਵੀ ਥੋੜ੍ਹੀ ਟੇਢ ਚੱਕਦੇ ਪਲਟ ਜੀ ਔਖਾ ਹੋ ਜੂਗਾ, ਥੋੜ੍ਹੀ ਜਿਹੀ ਸਿੱਧੀ ਕਰਕੇ ਚਾੜ੍ਹ ਲੈਂਦੇ ਹਾਂ। ਆਹ ਦੇਖੋ ਚੱਕਰ ਉੱਥੇ ਹੀ ਫੜਦਾ ਗਾ, ਇੱਥੋਂ ਚੜ੍ਹ ਜੂਗਾ ਹੁਣ, ਨੇ ਉੱਤਰਦਾ ਨੀਚੇ। ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ, ਗੇਅਰ ਘਟਾ ਲਈਏ ਮਿੱਤਰੋ। ਤੁਸੀਂ ਕਹੋਗੇ ਜਦੋਂ ਚੱਕਰ ਬਣਦੇ ਉਦੋਂ ਤੂੰ ਗੇਅਰ ਘਟਾ ਦੇਣਾ, ਗੇਅਰ ਮੈਂ ਤਾਂ ਘਟਾਉਣਾ ਕਈ ਵਾਰ ਅੱਗੇ ਨਾ ਲੰਘ ਜੀ। ਲੈ ਹੁਣ ਆਪਾਂ ਬਾਈਕੋਂ ਲਿਆ ਕੇ ਭਜਾ ਕੇ ਲਿਆਉਂਦੇ ਹਾਂ, ਅੱਗੇ ਨਹੀਂ ਲੰਘਣ ਦਿੰਦੇ, ਥੋੜ੍ਹਾ ਜਿਹਾ ਆਪਾਂ ਵੀ ਗਲਤ ਚਾੜ੍ਹਨ ਲੱਗ ਰਹੇ ਹਾਂ, ਪਹੀ ਤਾਂ ਸੀ ਇੱਧਰ ਨੂੰ। ਲਓ ਬਈ ਹੁਣ ਤਾਂ ਟਰੈਕਟਰ ਸਿੱਧਾ ਖੜ੍ਹਾ ਹੋ ਗਿਆ, ਪਰ ਹੁਣ ਮੈਨੂੰ ਲੱਗਦਾ ਚਾੜ੍ਹਨਾ ਨਹੀਂ ਇਹਨੇ ਵੀ। ਉਹ ਹੋਆ ਕਿੱਧਰ ਫਿਰਦਾ ਭਾਈ ਜੀ, ਇਹਨੂੰ ਟੇਢ ਦੇ ਉੱਤੋਂ ਸਿੱਧੇ ਰਾਹ ਚਾੜ੍ਹੀ ਜੇ, ਤੁਸੀਂ ਚੜ੍ਹ ਦਊਂਗਾ ਟਰੈਕਟਰ ਆਪਣਾ। ਦਿੱਕਤ ਕਿੱਥੇ ਆ, ਜਾਂ ਤਾਂ ਡਰਾਈਵਰ 'ਚ ਦਿੱਕਤ ਆ ਜਾਂ ਟਰੈਕਟਰ 'ਚ ਦਿੱਕਤ ਆ, ਥੱਲੇ ਨਹੀਂ ਉੱਤਰਦਾ ਟਰੈਕਟਰ। ਲਓ ਵੀ ਮਾੜਾ ਸਿੱਧਾ ਕਰ ਲਈਏ, ਟਰੈਕਟਰ ਸਿੱਧਾ ਕਰਕੇ ਚਾੜ੍ਹਨਾ ਪਊਗਾ। ਬੈਕ ਤਾਂ ਕਿੱਥੇ ਤੱਕ ਮਰਜ਼ੀ ਲੈ ਜਾਓ, ਬੈਕ ਇਹਦੀ ਤਕੜੀ ਆ। ਆਹ ਦੇਖੋ ਬੈਕ ਤਾਂ ਚਾੜ੍ਹ ਦਿੰਦਾ ਹੈਗਾ, ਪਰ ਚਾੜ੍ਹਨਾ ਤਾਂ ਆਪਣੇ ਸਿੱਧਾ ਟਰੈਕਟਰ ਹੈ।
ਕਿਉਂਕਿ ਟਰੈਕਟਰ ਦੀ ਨਾਜ ਪੂਰੀ ਵਧੀਆ ਹੈਗੀ, ਨਾਜ ਪੂਰੀ ਹੈਗੀ ਯਾਰ, ਤੁਰਦਾ ਵੀ ਨਹੀਂ ਨਾਲੇ ਅੱਜ। ਲਓ ਬਈ ਹੁਣ ਦੇਖਦੇ ਹਾਂ, ਹੁਣ ਆਪਾਂ ਗੇਅਰ ਨਹੀਂ ਬਦਲਾਉਂਦੇ, ਪਹਿਲਾਂ ਗੇਅਰ ਬਦਲਾ ਲਿਆ ਸੀਗਾ, ਆ ਲੀਹਾ ਜਿਹਾ ਤਾਂ ਹੀ ਬਣਾਇਆ ਹੋਇਆ ਵਾਹਨ ਵਾਲਿਆਂ ਨੇ। ਲਓ ਬਈ ਇੱਥੇ ਪਤਾ ਲੱਗ ਜੂ, ਚੜ੍ਹਦਾ ਕਹਿੰਦਾ ਸਿੱਧੀ, ਚੜ੍ਹਦਾ ਚੜ੍ਹਦਾ ਬਈ ਚੜ੍ਹਦਾ, ਪਰ ਐਂ ਦਿੱਕਤ ਲੱਗਦੀ ਹੈਗੀ ਜੇ ਅੱਗੇ ਵੱਗ ਕੇ ਫਿਰ ਥੱਲੇ ਨਹੀਂ ਉਤਰਨਾ ਟਰੈਕਟਰ ਇਹ। ਓਏ 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 ਓ ਫਸ ਗਿਆ ਬਾਈ ਟਰੈਕਟਰ ਇੱਥੇ, ਮੈਨੂੰ ਲੱਗਦਾ ਬੈਗ ਹੀ ਚੜ੍ਹਨਾ ਬੂਹੇ ਨਾਲ, ਫਿਰ ਆਪਾਂ ਨੂੰ ਬੈਗ ਚੜ੍ਹ ਦਈਏ। ਬੈਗ 'ਤੇ ਦੱਬਦਾ, ਇੱਕ ਮਿੰਟ ਵੀ ਨਹੀਂ ਦੱਬਦਾ ਬੈਗ 'ਤੇ ਤਾਂ। ਮੇਰੀ ਬੈਕ ਵੀ ਤਾਕੜੀ ਆ ਮਿੱਤਰੋ, ਤਾਂ ਕਰਕੇ ਉੱਧਰ ਉਹ 'ਚ ਵੱਜੀ ਸੀਗੀ ਸਫੈਦੇ 'ਚ, ਤਾਂ ਕਰਕੇ ਬਾਈਕ ਲਿਜਾਣੀ ਪਈ। ਦੇਖੀ ਕਿਤੇ ਮਿੱਤਰੋ, ਹੌਲੀ ਹੌਲੀ ਛੱਡਣਾ ਪੈਂਦਾ ਕਲੱਚ, ਕਿਉਂਕਿ ਟਰੈਕਟਰ ਜਦੋਂ ਟਾਇਰ ਚੱਕ ਲੈਂਦਾ ਫਿਰ ਮੁੜਦਾ ਨੀਗਾ, ਇਹ ਆਹੋ ਤਾਂ ਹੈ ਨੀਗਾ ਬ੍ਰੇਕਾਂ ਨਾਲ ਚੱਲਿਆ ਤਾਰੇ। ਦੇਖ ਲੈ ਟਰੈਕਟਰ ਬਾਈ, ਦਾਰਾ ਤੇਲ ਲੈਣ ਜਾਂਦਾ ਮੁੱਕਣਾ ਜਾਵੇ ਕਹਿੰਦਾ। ਠੀਕ ਹੈ ਤਾਰੇ, ਲੈ ਬਾਈ ਹੁਣ ਆਉਂਦਾ ਮੈਂ ਤੇਰੇ, ਝੋਟਾ ਬੁੱਕਦਾ ਉਹ ਆਪਣਾ ਟਰੈਕਟਰ ਹੈ ਤਾਂ। ਇਹਦਾ ਯਾਰ ਆਪਣੇ ਟਰੈਕਟਰ ਨੇ ਸਾਰੇ, ਆਹ ਦੇਖ ਆ ਖੜਾ ਇੱਕ, ਮਿੱਤਰੋ ਲੋਹ ਦੀ ਚੱਲਦਾ ਗਾ, ਹਾਈ ਤਾਂ ਫੜਦਾ ਵੀ ਨਹੀਂ ਗਾ, ਅਤੇ ਦੇਖ ਲੈਂਦੇ ਜੇ ਹਾਈ ਚੱਕਦਾ ਗਾ। ਮਿੱਤਰੋ ਦਿੱਕਤ ਤੁਹਾਨੂੰ ਮੈਂ ਦੱਸਦਾ ਕਾਹਦੀ ਆ ਗਈ ਸੀ, ਉੱਥੇ ਆਹ ਦੇਖ ਲਓ ਟਰੈਕਟਰਾਂ ਦੇ ਟੋਚਨ ਟਾਚਨ ਸਾਰੇ ਟਰੈਕਟਰ ਲਾਏ ਪਏ ਸੀਗੇ, ਉਹ ਟਰਾਲੀ ਥੋੜ੍ਹੀ ਗਲਿੱਚ ਮਾਰ ਰਹੀ ਸੀ, ਤਾਂ ਕਰਕੇ ਹਜੇ ਵੀਡੀਓ ਜ਼ਿਆਦਾ ਲੰਬੀ ਹੋਊਗੀ, ਅਤੇ ਅੱਜ ਮੈਨੂੰ ਲੱਗਦਾ ਢੋਲਾਂ ਜ਼ਿਆਦਾ ਪੈਣੀ ਨਹੀਂ ਕਣਕ, ਅੱਜ ਆਪਾਂ ਟਰਾਲੀ ਅੰਦਰ ਹੀ ਲਾ ਲੈਣਾ। ਓਏ 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 ਕਿੱਥੇ ਫਸ ਗਿਆ ਟਰੈਕਟਰ ਮਿੱਤਰੋ, ਹੁਣ ਆਪਣਾ ਗੇਅਰ ਵੱਡਾ ਲੱਗਿਆ ਪੈ ਤੀਆ। ਚੱਲ ਚੱਲ ਝੋਟਿਆ ਇੱਥੇ ਨਾ ਦੱਬ ਜੀ, ਹੁਣ ਬਹੁਤ ਦੂਰ ਆ ਰਹੇ ਹਾਂਗੇ, ਹੁਣ ਜਮ੍ਹਾਂ ਨੇੜੇ ਆ ਰਹੇ ਸੀਗੇ ਘਰ ਦੇ, ਹੁਣ ਇੱਥੇ ਆ ਕੇ ਤਾਂ ਦੱਬ ਗਿਆ। ਚੱਲ 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 ਚੱਲ, ਇੰਨਾ ਕੁ ਤਾਂ ਮਿੱਤਰੋ ਸਵਰਾਜ ਦਾ ਬੰਦ ਹੈਗਾ, ਮੂੰਹ ਚੱਕਣਾ ਤਾਂ ਸਾਨੂੰ। ਲਓ ਵੀ ਆਪਾਂ ਪਹੁੰਚ ਗਏ ਘਰੇ ਆਪਣੇ, ਅਤੇ ਜੇ ਥਾਂ ਹੈਗੀ ਆ ਤਾਂ ਲਾ ਦਿੰਦੇ ਹਾਂ, ਨਹੀਂ ਵੀਡੀਓ ਜ਼ਿਆਦਾ ਲੰਬੀ ਹੋਊਗੀ, ਅਗਲੀ ਵੀਡੀਓ 'ਚ ਲਾਹਾਂਗੇ, ਢੋਲਾਂ 'ਚ ਪਾਵਾਂਗੇ, ਢੋਲ ਵੀ ਲਿਆਂਦੇ ਪਿਆ ਜਮਾਂ ਨਵੇਂ ਲੁੱਕ। ਓਕੇ ਮਿੱਤਰੋ ਬਾਏ, ਅਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰ ਦਿਉ, ਅਗਲੀ ਵੀਡੀਓ 'ਚ ਮਿਲਦੇ ਹਾਂ ਕਣਕ ਢੋਲਾਂ ਦੇ ਨਾਲ, ਅਤੇ ਜਿਹੜੀ ਬਚੂਗੀ ਉਹ ਮੰਡੀ ਸੁੱਟ ਕੇ ਆਵਾਂਗੇ, ਅਤੇ ਓਕੇ ਮਿੱਤਰੋ ਬਾਏ, ਚਲਦੀ ਚਲਦੀ ਵੀਡੀਓ ਲਾਈਕ ਕਰ ਦਿਉ, ਬਾਏ। Oh,